इन्हें पहला माहौल देखा भी कोई है तो नहीं है, इन्हें चाबी लानी शुरू करती, ये लगे नहीं, इन्हें तीन चार बारी लानी शुरू करती, मैं बैठा सीगा सामने, ठीक है जी, मैं जब देखा मैं भज्जा बाहर आया, मैं इनू पुछया, फिर मैं मेरे नाल फिर मेरा यार दोस्त आया मेरा, फिर मैं इनू मैं क्या ये चोर मोटरसाइकिल चोरी करता है, फिर ये तीन चार सटियां अभी अपना पजामे की जेब चो फिर चाबी निकली एक, फिर मन गया हाँ कहना मैं मोटरसाइकिल चोरी कर आया था। मोटरसाइकिल चाबिया लादा सी कि तेरा सी? हाँ भी मोटरसाइकिल चकना सी। मोटरसाइकिल चके जी। चके कितों चकिया? अखलाई। ਅਤੇ ਹੁਣ ਕਿਉਂਕਿ ਹੁਣ ਤਾਂ ਪੁਲਿਸ ਵੀ ਖੜੀ ਹੈ, ਹੁਣ ਤਾਂ ਨਹੀਂ, ਇਹ ਤਾਂ ਨਹੀਂ ਹੈਗਾ ਵੀ ਇਹਨਾਂ ਦੇ ਛਿੱਤਰਾਂ ਦੇ ਡਰ ਤੋਂ ਕਹਿ ਰਹੇ ਹੋ ਤੁਸੀਂ, ਚੱਕਣ ਲੱਗੇ ਸੀ? ਹਾਂਜੀ ਹਾਂਜੀ। ਇਸ ਵੇਲੇ ਅਸੀਂ ਗਿਆਨੀ ਜੈਲ ਸਿੰਘ ਨਗਰ ਦੀ ਮਾਰਕੀਟ ਦੇ ਵਿੱਚ ਖੜ੍ਹੇ ਹਾਂ ਜਿੱਥੇ ਇੱਕ ਚੋਰ ਫੜਿਆ ਗਿਆ ਹੈ। ਸੋ ਇਹ ਚੋਰੀ ਕਰ ਰਿਹਾ ਸੀ, ਸੀ ਸੀ ਟੀ ਵੀ ਦੇ ਵਿੱਚ ਫੁਟੇਜ ਆਈਆਂ ਨੇ। ਸੋ ਇਹ ਤਾਂ ਕਿਹਦਾ ਮੋਟਰਸਾਈਕਲ ਚੋਰੀ ਕਰ? ਮੇਰਾ ਸੀਗਾ ਜੀ। ਤੁਹਾਡਾ ਮੋਟਰਸਾਈਕਲ? ਹਾਂਜੀ। ਕਿੱਥੇ ਖੜਾ ਸੀ ਮੋਟਰਸਾਈਕਲ? ਹਾਂ ਮੇਰੇ ਦਫ਼ਤਰ ਦੇ ਬਾਹਰ ਖੜਾ ਸੀਗਾ ਮੋਟਰਸਾਈਕਲ ਜੀ। ਇਹ ਆਇਆ ਮੋਟਰਸਾਈਕਲ ਤੇ ਬਹਿ ਗਿਆ, ਠੀਕ ਹੈ ਜੀ, ਇਹਨੇ ਪਹਿਲਾਂ ਮਾਹੌਲ ਦੇਖਿਆ ਵੀ ਕੋਈ ਹੈ ਤਾਂ ਨਹੀਂ ਆ, ਇਹਨੇ ਚਾਬੀ ਲਾਣੀ ਸ਼ੁਰੂ ਕਰਤੀ, ਇਹ ਤੇ ਲੱਗੇ ਨਹੀਂ, ਇਹਨੇ ਤਿੰਨ ਚਾਰ ਵਾਰੀ ਲਾਣੀ ਸ਼ੁਰੂ ਕਰਤੀ, ਮੈਂ ਬੈਠਾ ਸੀਗਾ ਸਾਹਮਣੇ, ਠੀਕ ਹੈ ਜੀ, ਮੈਂ ਜਦ ਦੇਖਿਆ ਮੈਂ ਭੱਜਿਆ ਬਾਹਰ ਆਇਆ, ਮੈਂ ਇਹਨੂੰ ਕਿਹਾ ਮੈਂ ਕਿਹਾ ਤੂੰ ਕਿਆ ਕਰ ਰਿਹਾ, ਤੇਰਾ ਮੋਟਰਸਾਈਕਲ ਹੈ ਇਹ? ਮੈਂ ਇਹਨੂੰ ਪੁੱਛਿਆ, ਫਿਰ ਮੈਂ ਇਹਨੂੰ ਮੇਰੇ ਨਾਲ ਫਿਰ ਮੇਰਾ ਯਾਰ ਦੋਸਤ ਆਇਆ ਮੇਰਾ, ਫਿਰ ਮੈਂ ਇਹਨੂੰ ਮੈਂ ਕਿਹਾ ਇਹ ਚੋਰ ਮੋਟਰਸਾਈਕਲ ਚੋਰੀ ਕਰਦਾ ਹੈ, ਫਿਰ ਇਹਦੇ ਤਿੰਨ ਚਾਰ ਸੱਟੀਆਂ ਅਸੀਂ, ਫਿਰ ਇਹਨੂੰ ਪੁੱਛਿਆ, ਠੀਕ ਹੈ ਜੀ, ਫਿਰ ਇਹ ਕਹਿੰਦਾ ਮੈਂ ਤਾਂ ਚੋਰੀ ਨਹੀਂ ਕੀਤੀ ਹੈਗੀ, ਮੇਰੇ ਕੋਲ ਤਾਂ ਚਾਬੀ ਨਹੀਂ ਹੈਗੀ, ਫਿਰ ਇਹਨੂੰ ਪਹਿਲਾਂ ਅੰਦਰ ਬਿਠਾਇਆ, ਠੀਕ ਹੈ ਜੀ, ਇਹਨੂੰ ਕਿਹਾ ਵੀ ਸੱਚ ਸੱਚ ਦੱਸ ਦੇ, ਕਹਿੰਦਾ ਮੈਂ ਨਹੀਂ ਯਾਰ ਚੱਕਿਆ ਹੈਗਾ, ਫਿਰ ਇਹਦੇ ਆਪਣਾ ਪਜਾਮੇ ਦੀ ਜੇਬ 'ਚੋਂ ਫਿਰ ਚਾਬੀ ਨਿਕਲੀ ਇੱਕ, ਫਿਰ ਮੰਨ ਗਿਆ ਹਾਂ ਕਹਿੰਦਾ ਮੈਂ ਮੋਟਰਸਾਈਕਲ ਚੋਰੀ ਕਰਨ ਆਇਆ ਤਾ, ਮੇਰਾ ਆਪਣਾ ਇੱਥੇ ਹਵੇਲੀ ਮੋਟਰਸਾਈਕਲ ਖੜ੍ਹਾ ਹੈ ਠੇਕੇਦਾਰ ਕੋਲ, ਠੀਕ ਹੈ ਜੀ, ਮੈਂ ਆ ਚੋਰੀ ਦਾ ਮੋਟਰਸਾਈਕਲ ਉੱਥੇ ਖੜਾਉਣਾ ਹੈ, ਠੀਕ ਆ, ਆਪਣੇ ਵਾਲਾ ਚੱਕਣਾ ਹੈ, ਠੀਕ ਆ, ਅਤੇ ਕਿਸੇ ਨੂੰ ਕੁਛ ਕਹਿ ਰਹੇ ਅਸੀਂ ਚੰਡੀਗੜ੍ਹ ਮੋਟਰਸਾਈਕਲ ਵੇਚਦੇ ਹਾਂ ਜੀ ਉੱਥੇ। ਹਾਂ ਵੀ ਮੋਟਰਸਾਈਕਲ ਚੱਕਣਾ ਸੀ? ਮੋਟਰਸਾਈਕਲ ਚੱਕਿਆ ਜੀ। ਚੱਕਿਆ? ਕਿੱਥੋਂ ਚੱਕਿਆ? ਅਖੜਾ ਜੀ। ਆ ਖੜਾ, ਇਹ ਕਿਉਂ ਚੱਕਣਾ ਸੀ? ਬਸ ਬੱਚੇ ਭੁੱਕੇ ਮੇਰੇ। ਬੱਚੇ ਭੁੱਖੇ ਆ? ਫਿਰ ਕੰਮ ਕਾਰ ਕਰੋ ਬਾਈ, ਕੋਈ ਕੰਮ ਕਰਦਾ ਜੀ, ਠੇਕੇਦਾਰ ਪੈਸੇ ਨਹੀਂ ਦਿੰਦਾ ਜੀ, ਮੋਟਰਸਾਈਕਲ ਚੱਕਣੇ ਸ਼ੁਰੂ ਕਰ ਦੇਣੇ, ਪੁਲਿਸ ਅੱਜ ਤੁਹਾਨੂੰ ਚੱਕਣ ਆਈ ਹੈ, ਤੁਸੀਂ ਇਹਨਾਂ ਕੋਲ ਕੰਪਲੇਂਟ ਲਿਖਾ ਦਿੰਦੇ ਠੇਕੇਦਾਰ ਦੀ? 10,000 ਦਿੱਤੇ ਜੀ, 10,000 ਲਿਖਰ ਰਹੇ ਮੇਰੇ ਕੋਲ, ਦਿੰਦੇ ਹੀ ਨਹੀਂ, ਕਹਿੰਦਾ ਲੜਾਈ ਗੱਲ ਆ। ਫਿਰ ਜਿਹੜਾ ਨਾਲ ਵਾਲਾ ਸਾਥੀ ਆ ਉਹ ਨਾਲ ਕੋਈ ਨਹੀਂ ਜੀ ਮੇਰੇ, ਤੇ ਜਿਹੜਾ 29 ਤਰੀਕ ਨੂੰ ਵੀਰ ਦੱਸ ਰਿਹਾ ਵੀ ਮੇਰਾ ਵੀ ਕੋਈ ਮੋਟਰਸਾਈਕਲ ਸੀਗਾ ਇਹ ਵੀਰ? ਹਾਂਜੀ। ਕਿਸ ਤਰ੍ਹਾਂ? 29 ਤਰੀਕ ਨੂੰ ਮੈਂ ਡਿਊਟੀ ਤੇ ਤਾਂ ਜੀ, ਵਾਟਰ ਸਪਲਾਈ 'ਚ ਮੈਂ ਜੋਬ ਕਰਦਾ ਜੀ, ਮੈਂ ਮੱਥਾ ਟੇਕਣ ਗਿਆ ਖਵਾਜੇ ਦੀ, ਤੇ ਉੱਥੇ ਦੋ ਜਾਣੇ ਬੈਠੇ ਤੇ ਮੈਂ ਇੰਨੀ ਨਿਗਾਹ ਨਹੀਂ ਮਾਰੀ ਜੀ, ਕਿਉਂਕਿ ਮੈਂ ਸਿੱਧਾ ਮੱਥਾ ਟੇਕਣ ਚੱਲ ਗਿਆ, ਮੈਂ ਦੁਬਾਰਾ ਡਿਊਟੀ 'ਤੇ ਜਾਣਾ, ਮੈਂ 10 ਮਿੰਟ 'ਚ ਉੱਪਰ ਆਇਆ ਜੀ, ਕੈਮਰਾ ਕਢਾਓ ਜੀ, ਉੱਥੇ ਰਾਧਾ ਸੁਆਮੀ ਵਾਲਾ ਕੈਮਰਾ ਕਢਾਓ ਜੀ, ਇਹਦੇ ਨਾਲ ਇੱਕ ਪਰਨਾ ਜਾਂ ਖੱਟਾ ਜਿਹਾ ਪਰਨਾ ਮੰਨਿਆ ਤਾਂ ਹੈਗਾ ਇੱਦਾਂ ਦਾ ਜੀ ਨਸ਼ੇ ਪੱਤੇ ਵਾਲਾ ਜੀ, ਅਤੇ ਮੈਂ 10 ਮਿੰਟ ਬਾਅਦ ਉੱਪਰ ਨੂੰ ਆਇਆ ਜੀ, ਉੱਥੇ ਮੇਰਾ ਮੋਟਰਸਾਈਕਲ ਨਹੀਂ ਤਾ, ਹਾਲੇ ਤਾਂ ਮੈਨੂੰ ਲੈ ਨੂੰ 1.5 ਹਫ਼ਤਾ ਹੋਇਆ ਤਾ ਜੀ ਮੋਟਰਸਾਈਕਲ ਜੀ, ਅਤੇ ਮੁੜ ਕੇ ਹੁਣ ਇਹਨੇ ਆਪਦੇ ਮੂੰਹੋਂ ਮੰਨਿਆ, ਕਹਿੰਦਾ ਵੀ ਅਸੀਂ ਚੰਡੀਗੜ੍ਹ ਵੇਚਦੇ ਹਾਂ ਇੱਥੋਂ ਮੋਟਰਸਾਈਕਲ ਚੱਕ ਕੇ ਜੀ। ਚੱਕਣ ਲੱਗੇ ਸੀ ਤੁਸੀਂ ਮੋਟਰਸਾਈਕਲ ਇਹ? ਹਾਂਜੀ। ਅਤੇ ਹੁਣ ਕਿਉਂਕਿ ਹੁਣ ਤਾਂ ਪੁਲਿਸ ਵੀ ਖੜੀ ਹੈ, ਹੁਣ ਤਾਂ ਨਹੀਂ, ਇਹ ਤਾਂ ਨਹੀਂ ਹੈਗਾ ਵੀ ਇਹਨਾਂ ਦੇ ਛਿੱਤਰਾਂ ਦੇ ਡਰ ਤੋਂ ਕਹਿ ਰਹੇ ਹੋ ਤੁਸੀਂ, ਚੱਕਣ ਲੱਗੇ ਸੀ? ਹਾਂਜੀ ਹਾਂਜੀ, ਚੱਕਣ ਲੱਗੇ ਸੀ। ਅਤੇ ਸਰ ਇਹ ਮੰਨ ਰਿਹਾ ਜੀ ਵੀ ਅਸੀਂ ਚੱਕਣ ਲੱਗੇ ਸੀ, ਕਿਉਂਕਿ ਬਾਅਦ ਦੇ ਵਿੱਚ ਤਾਂ ਇਹ ਵੀ ਕਹਿ ਸਕਦਾ ਵੀ ਮੈਨੂੰ ਕੁੱਟਿਆ ਜਾਂ, ਹੁਣ ਤੁਹਾਡੀ ਮੌਜੂਦਗੀ ਦੇ ਵਿੱਚ ਕਹਿ ਰਿਹਾ ਜੀ, ਕੀ ਕਹੋਗੇ ਜੀ? ਕੋਈ ਗੱਲ ਨਹੀਂ ਜੀ, ਇਹਨਾਂ 'ਤੇ ਜੋ ਇਹ ਦਰਖਾਸਤ ਦੇਣਗੇ ਉਹਤੇ ਕਾਰਵਾਈ ਕਰਾਂਗੇ ਜੋ ਬਣਦੀ ਹੈ ਜੀ। ਠੀਕ ਹੈ ਜੀ, ਬਹੁਤ ਸ਼ੁਕਰੀਆ। ਸੋ ਨੌਜਵਾਨ ਫੜਿਆ ਗਿਆ ਲਾਈਵ, ਜਿਹੜਾ ਇਹਨੂੰ ਸੀ ਸੀ ਟੀ ਵੀ ਵੀ ਫੁਟੇਜ ਆਈਆਂ ਨੇ ਨੌਜਵਾਨਾਂ ਦੇ ਵੱਲੋਂ, ਇਹਦੇ ਛਿੱਤਰ ਪਰੇਡ ਵੀ ਕੀਤੀ ਗਈ ਹੈ, ਅਤੇ ਛਿੱਤਰ ਪਰੇਡ ਕਰਨ ਤੋਂ ਬਾਅਦ ਫਿਰ ਪੁਲਿਸ ਦੇ ਹਵਾਲੇ ਹੁਣ ਇਹਨੂੰ ਕਰ ਦਿੱਤਾ ਗਿਆ ਹੈ। ASI ਅੰਗਰੇਜ਼ ਸਿੰਘ ਜੀ ਲੈ ਕੇ ਜਾ ਰਹੇ ਨੇ, ਪਰ ਸਵਾਲ ਵੱਡੇ ਇਹ ਵੀ ਨੇ ਵੀ ਨੌਜਵਾਨ ਇਸ ਕਦਮ ਵੱਲ ਨੂੰ ਕਿਉਂ ਜਾ ਰਹੇ ਨੇ? ਉਹਦੇ ਜਿਹੜੇ ਬੋਲ ਨੇ ਉਹ ਵੀ ਤਰਸਯੋਗ ਨੇ, ਵੀ ਮੈਂ ਆਪਣੇ ਬੱਚੇ ਪਾਲਣੇ ਚਾਹੁੰਦਾ ਜੀ, ਕੀ ਉਹ ਸੱਚਮੁੱਚ ਉਹ ਚੀਜ਼ ਹੈ, ਕਿਉਂਕਿ ਉਹ ਨਸ਼ੇ ਦੇ ਵਿੱਚ ਵੀ ਹੈ ਜਾਂ ਉਹਨੇ ਹੋਰ ਕੁਛ ਕਰਨਾ ਸੀ? ਪਰ ਸਵਾਲ ਇਹ ਵੀ ਹੈ ਵੀ ਜੇ ਨੌਜਵਾਨ ਇਸ ਵੱਲ ਦਲਦਲ ਵੱਲ ਜਾ ਰਹੇ ਨੇ ਜਾਂ ਇਸ ਤਰ੍ਹਾਂ ਦੀਆਂ ਚੋਰੀਆਂ ਕ੍ਰਾਈਮ ਵੱਧ ਰਿਹਾ, ਤਾਂ ਉਹਦੇ ਪਿੱਛੇ ਕਾਰਨ ਕੀ ਨੇ? ਤਾਂ ਇਹ ਮਸਲਾ ਸਿਰਫ ਇੱਕ ਮੋਟਰਸਾਈਕਲ ਚੋਰੀ ਦਾ ਨਹੀਂ ਹੈ, ਇਹਦੇ ਨਾਲ ਕਈ ਮਸਲੇ ਉਤਪੰਨ ਹੋ ਜਾਂਦੇ ਨੇ, ਬੇਰੁਜ਼ਗਾਰੀ ਹੈ, ਨਸ਼ੇ ਦੇ ਵਿੱਚ ਨੇ ਨੌਜਵਾਨ, ਉਹਦੇ ਪਿਛਲੇ ਕਾਰਨ ਕੀ ਨੇ? ਸੋ ਇਹ ਵੀ ਸਮਝਣ ਦੀ ਜਿਹੜੀ ਲੋੜ ਹੈ। ਪਰ ਫਿਲਹਾਲ ਉਸ ਨੌਜਵਾਨ ਨੂੰ ਜਿਹਨੇ ਇਹ ਕਬੂਲ ਕਰ ਲਿਆ ਵੀ ਮੈਂ ਮੋਟਰਸਾਈਕਲ ਚੱਕਣ ਲੱਗਾ ਸੀ ਪਰ ਮੈਂ ਫੜਿਆ ਗਿਆ, ਉਹਨੂੰ ਹੁਣ ਪੁਲਿਸ ਫੜ ਕੇ ਲੈ ਗਈ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਰੂਪਨਗਰ।